ਜਮੈਟਰੀਕਲ ਡਰਾਇੰਗ 8ਵੀਂ ਸ਼੍ਰੇਣੀ ਲਈ ਪ੍ਰਸ਼ਨ ਨੰਬਰ 1 ਦਿੱਤੀ ਹੋਈ ਸਰਲ ਰੇਖਾ ਏ ਬੀ 'ਤੇ ਸਧਾਰਨ ਵਿਧੀ ਦੁਆਰਾ ਕੋਈ ਸਾਮ ਬਹੁਭੁਜ ਬਣਾਓ। ਏ ਬੀ ਰੇਖਾ ਖੰਡ ਲਓ, ਰੇਖਾ ਖੰਡ ਏ ਬੀ ਦਾ ਅੱਧ ਕਰੋ। ਬੀ ਦੇ ਪ੍ਰਕਾਰ ਰੱਖ ਕੇ ਦੂਜੀ ਚਾਪ ਲਾਓ। ਇਸ ਤਰ੍ਹਾਂ ਚਾਪਾਂ ਦੋ ਸਥਾਨਾਂ 'ਤੇ ਕੱਟਣਗੀਆਂ। ਦੋਨੇ ਪੁਆਇੰਟਾਂ ਨੂੰ ਮਿਲਾ ਕੇ ਦਾਣੇਦਾਰ ਰੇਖਾ ਨਾਲ ਅੱਗੇ ਵਧਾਓ। ਬੀ ਬਿੰਦੂ 'ਤੇ 90 ਡਿਗਰੀ ਦਾ ਕੋਣ ਬਣਾਓ। ਸੱਠ ਦੀ ਚਾਪ ਕੱਟੋ, 60 ਡਿਗਰੀ ਦੀ ਚਾਪ ਕੱਟੋ। ਦੋਨੇ ਝਾਪਾਂ ਦਾ ਅੱਧ ਕਰੋ। ਦੋਨੇ ਝਾਪਾਂ ਜਿੱਥੇ ਕੱਟੀਆਂ ਨੇ ਉਸ ਬਿੰਦੂ ਨੂੰ ਬੀ ਨਾਲ ਮਿਲਾਓ। ਦਾਣੇਦਾਰ ਰੇਖਾ ਨਾਲ ਬੀ ਨੂੰ ਕੇਂਦਰ ਮੰਨ ਕੇ ਇਹ ਬਿੰਦੂ ਜਿਨੀ ਪ੍ਰਕਾਰ ਖੋਲ੍ਹ ਕੇ ਚਾਪ ਲਾਓ ਜਿਹੜੀ ਲੰਬ ਰੇਖਾ ਨੂੰ ਐਨ ਬਿੰਦੂ 'ਤੇ ਕੱਟੇਗੀ। ਏ ਅਤੇ ਐਨ ਨੂੰ ਦਾਣੇਦਾਰ ਰੇਖਾ ਦੇ ਨਾਲ ਮਿਲਾਓ। ਏ ਐਨ ਰੇਖਾ ਅੱਧ ਵਾਲੀ ਰੇਖਾ ਨੂੰ ਜਿਸ ਬਿੰਦੂ 'ਤੇ ਕੱਟਦੀ ਹੈ ਉਸ ਨੂੰ 4 ਨਾਲ ਅੰਕਿਤ ਕਰੋ। ਚਾਪ ਜਿੱਥੇ ਅੱਧ ਵਾਲੀ ਲਾਈਨ ਨੂੰ ਕੱਟਦੀ ਹੈ ਉਸ ਬਿੰਦੂ ਨੂੰ 6 ਨਾਲ ਅੰਕਿਤ ਕਰੋ। ਪ੍ਰਕਾਰ ਦੀ ਸਹਾਇਤਾ ਨਾਲ 4 ਅਤੇ 6 ਫਾਸਲੇ ਦਾ ਅੱਧ ਕਰੋ। ਚਾਰ ਅਤੇ 6 ਪੁਆਇੰਟਾਂ ਦੇ ਵਿਚਕਾਰ ਜਿਹੜੀ ਰੇਖਾ ਖੰਡ ਹੈ ਉਸ ਦਾ ਅੱਧ ਕਰੋ। ਚਾਪਾਂ ਦੋ ਸਥਾਨਾਂ 'ਤੇ ਕੱਟਣਗੀਆਂ, ਇਹਨਾਂ ਨੂੰ ਆਪਸ ਵਿੱਚ ਮਿਲਾਓ। ਜਿਸ ਸਥਾਨ 'ਤੇ ਅੱਧ ਕੀਤਾ ਹੈ ਉਸ ਸਥਾਨ ਨੂੰ 5 ਨਾਲ ਦਰਸਾਓ। ਅੱਧ ਨੂੰ ਪ੍ਰਕਾਰ ਦੀ ਸਹਾਇਤਾ ਨਾਲ ਮਾਪੋ। 6 ਤੋਂ ਅੱਗੇ ਕੱਟੋ, ਇਸ ਤਰ੍ਹਾਂ 3 ਚਾਪਾਂ ਲਾਓ।
ਕਰਮ ਵਾਰ 6 ਨੰਬਰ, ਇਹਨਾਂ ਨਾ ਰੱਖੋ 7 ਨੰਬਰ, 8 ਨੰਬਰ ਅਤੇ 9 ਨੰਬਰ। ਹੁਣ ਪ੍ਰਕਾਰ ਨੂੰ 7 ਨੰਬਰ 'ਤੇ ਰੱਖ ਕੇ ਇਹ ਜਿੰਨੀ ਅਤੇ ਬੀਜ ਜਿੰਨੀ ਖੋਲ ਕੇ ਦਾਣੇਦਾਰ ਚੱਕਰ ਲਾਓ, ਏ ਬੀ ਨੂੰ ਮਾਪੋ, ਚਾਪ ਲਾਓ, ਚਾਪ ਲਾਓ, ਇਸ ਤਰ੍ਹਾਂ ਇਹ ਪ੍ਰਕਾਰ ਦੀ ਸਹਾਇਤਾ ਨਾਲ ਅਸੀਂ 7 ਭਾਗਾਂ ਵਿੱਚ ਵੰਡ ਲਵਾਂਗੇ। 7 ਭਾਗਾਂ ਦੇ ਨਾਂ ਰੱਖੋ, ਸੀ, ਡੀ, ਈ, ਐਫ, ਜੀ। ਬੀ ਨੂੰ ਸੀ ਨਾਲ ਮਿਲਾਓ। ਡੀ ਨੂੰ ਸੀ ਨਾਲ ਮਿਲਾਓ। ਈ ਨੂੰ ਡੀ ਨਾਲ ਮਿਲਾਓ। ਈ ਨੂੰ ਐਫ ਨਾਲ ਮਿਲਾਓ। ਐਫ ਨੂੰ ਜੀ ਨਾਲ ਮਿਲਾਓ। ਅਤੇ ਜੀ ਨੂੰ ਈ ਨਾਲ ਮਿਲਾਓ। ਇਸ ਤਰ੍ਹਾਂ ਸਾਨੂੰ ਇਹ 7 ਭੁਜ ਪ੍ਰਾਪਤ ਹੋਵੇਗੀ। ਜੇਕਰ ਸਾਨੂੰ 8 ਭੁਜ ਦੀ ਲੋੜ ਹੈ ਤਾਂ 8 ਨੰਬਰ 'ਤੇ ਪ੍ਰਕਾਰ ਰੱਖ ਕੇ ਏ ਅਤੇ ਬੀ ਜਿੰਨੀ ਖੋਲ੍ਹ ਕੇ ਅਸੀਂ ਸਰਕਲ ਲਾਵਾਂਗੇ। ਉਸ ਤੋਂ ਬਾਅਦ ਏ ਬੀ ਜਿੰਨੀ ਪ੍ਰਕਾਰ ਖੋਲ੍ਹ ਕੇ ਚਾਪਾਂ ਕੱਟਾਂਗੇ। ਇਸੇ ਤਰ੍ਹਾਂ ਹੀ 9 ਭੁਜ, 10 ਭੁਜ, ਜਿਹੜੀ ਵੀ ਅਸੀਂ ਬਹੁ ਭੁਜ ਬਣਾਉਣੀ ਹੈ ਉਸ ਨੂੰ ਇਸ ਵਿਧੀ ਰਾਹੀਂ ਅਸੀਂ ਪ੍ਰਾਪਤ ਕਰ ਸਕਦੇ ਹਾਂ।